ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਨਰਿੰਦਰ ਸਿੰਘ ਕਪੂਰ ਦੀ ਲਿਖੀ ਹੋਈ ਕਿਤਾਬ ਰਾਹ ਰਸਤੇ ਵਿੱਚੋਂ ਜੀਵਨ ਪੜ੍ਹਾਂਗੇ। ਜੀਵਨ ਵਿੱਚ ਹਰੇਕ ਮਨੁੱਖ ਦੇ ਖੁਸ਼ਹਾਲ ਜਾਂ ਕੰਗਾਲ ਹੋਣ ਦੇ ਫੈਸਲੇ ਜਵਾਨੀ ਵਿੱਚ ਹੀ ਹੋ ਜਾਂਦੇ ਹਨ। ਜਵਾਨੀ ਵਿੱਚ ਸੋਚਣ ਨਾਲ ਬੁੱਧੀ ਬਲਵਾਨ ਹੁੰਦੀ ਹੈ, ਜਦੋਂ ਕਿ ਪੈਰ ਚੱਲਣ ਨਾਲ ਮਜ਼ਬੂਤ ਹੁੰਦੇ ਹਨ ਅਤੇ ਹੱਥ ਕੰਮ ਕਰਨ ਨਾਲ ਪੁੰਨ ਹੋ ਜਾਂਦੇ ਹਨ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਨਿੱਕੀ ਉਮਰ ਦੇ ਠੇਡੇ ਪੈਰਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਮਜ਼ਬੂਤ ਪੈਰ ਨਵਿਆਂ ਰਾਹਾਂ ਨੂੰ ਸਿਰਜਦੇ, ਨਵੀਆਂ ਮੰਜ਼ਿਲਾਂ ਵੱਲ ਵੱਧਦੇ ਅਤੇ ਨਵੀਆਂ ਮੰਜ਼ਿਲਾਂ ਉਸਾਰਦੇ ਹਨ। ਜਵਾਨੀ ਵਿੱਚ ਗਿਆਨ ਖੰਭ ਦਿੰਦਾ ਹੈ ਉੱਡਣ ਲਈ, ਜਦਕਿ ਉਮਰ ਦਾ ਤਜਰਬਾ ਜੜ੍ਹਾਂ ਦਿੰਦਾ ਹੈ ਧਰਤੀ ਵਿੱਚ ਖੁੱਭਣ ਲਈ। ਧੰਨਵਾਦ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਨਰਿੰਦਰ ਸਿੰਘ ਕਪੂਰ ਦੀ ਲਿਖੀ ਹੋਈ ਕਿਤਾਬ ਰਾਹ